ਅਸੀਂ GGNIMT ਦਾ ਡਾਇਰੈਕਟਰ ਪ੍ਰਿੰਸੀਪਲ ਅਤੇ ਸਟਾਫ ਦੇ ਮੈਂਬਰ ਮਹਿਸੂਸ ਕਰਦੇ ਹਾਂ ਕਿ ਨਸ਼ਿਆਂ ਬਾਰੇ ਵਿਦਿਆਰਥੀਆਂ ਦੇ ਵਿੱਚ ਚੇਤਨਤਾ ਫੈਲਾਉਣੀ ਅਤਿ ਜ਼ਰੂਰੀ ਹੈ। ਅਸੀਂ ਪੰਜਾਬ ਸਰਕਾਰ ਦੇ ਨਾਲ ਸਹਿਯੋਗ ਕਰਦੇ ਹੋਏ ਅੱਜ ਇੱਥੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸ਼ਹਿਰ ਵਾਸੀਆਂ ਵਿੱਚ ਚੇਤਨਾ ਪੈਦਾ ਕਰਨ ਲਈ ਇਕੱਤਰ ਹੋਏ ਹਾਂ ਔਰ ਮਹਿਸੂਸ ਕਰਦੇ ਹਾਂ ਕਿ ਸਾਡਾ ਜਿਹੜਾ ਇਹ ਕਦਮ ਹੈ ਉਹ ਸ਼ਹਿਰ ਵਾਸੀਆਂ ਦੇ ਵਿੱਚ ਅਤੇ ਵਿਦਿਆਰਥੀਆਂ ਦੇ ਵਿੱਚ ਚੇਤਨਾ ਜਿਹੜੀ ਹੈ ਉਹ ਪੈਦਾ ਕਰਨ ਦੇ ਵਿੱਚ ਸਹਾਈ ਹੋਏਗਾ। ਸਾਡੇ ਨਾਲ ਪੁਲਿਸ ਦੇ ਵਿੱਚੋਂ ਸਰਦਾਰ ਸੁਖਮਿੰਦਰ ਸਿੰਘ ਵੀ ਸਾਡੇ ਨਾਲ ਸ਼ਾਮਲ ਨੇ ਔਰ ਇਸ ਮਸਲੇ ਵਿੱਚ ਸਾਨੂੰ ਪੁਲਿਸ ਦਾ ਔਰ ਸ਼ਹਿਰ ਵਾਸੀਆਂ ਦਾ ਜਿਹੜਾ ਸਹਿਯੋਗ ਮਿਲ ਰਿਹਾ ਹੈ ਉਹ ਲਾਸਾਨੀ ਹੈ। ਅਸੀਂ ਇਹਦੇ ਵਾਸਤੇ ਪੁਲਿਸ ਵਿਭਾਗ ਦੇ ਅਤੇ ਸ਼ਹਿਰ ਵਾਸੀਆਂ ਦੇ ਸਪੈਸ਼ਲੀ ਆਪਣੇ ਵਿਦਿਆਰਥੀਆਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮਸਲੇ ਦੇ ਉੱਤੇ ਸਾਡਾ ਪੂਰਾ ਸਾਥ ਦਿੱਤਾ ਹੈ। ਅਸੀਂ ਆਸ ਕਰਦੇ ਹਾਂ ਕਿ ਵਿਦਿਆਰਥੀ ਜਿਹੜੇ ਨੇ ਇੱਥੋਂ ਕੋਈ ਚੰਗਾ ਮੈਸੇਜ ਲੈ ਕੇ ਜਾਣਗੇ ਔਰ ਨਸ਼ਿਆਂ ਦੇ ਉੱਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਯਤਨ ਕਰਨਗੇ। ਅੱਜ GGN ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਜਿਹਨੂੰ ਸ਼ਹਿਰ 'ਚ GGNIMT ਦੇ ਨਾਮ 'ਤੇ ਜ਼ਿਆਦਾ ਜਾਣਿਆ ਜਾਂਦਾ ਹੈ, ਸਾਡੇ ਵਿਦਿਆਰਥੀਆਂ ਨੇ ਆਪ ਇੱਕ ਹਮਲਾ ਮਾਰਿਆ। ਉਹਨਾਂ ਨੇ ਇੱਕ ਪ੍ਰਪੋਜ਼ਲ ਦਿੱਤਾ ਕਿ ਜੇ ਅਸੀਂ ਪੰਜਾਬ ਦੇ ਵਿੱਚੋਂ ਔਰ ਲੁਧਿਆਣਾ ਸ਼ਹਿਰ ਦੇ ਵਿੱਚੋਂ ਖਾਸ ਤੌਰ ਦੇ ਵਿੱਚ ਅਸੀਂ ਨਸ਼ਿਆਂ ਦੇ ਖਿਲਾਫ਼ ਇੱਕ ਮੁਹਿੰਮ ਛੇੜਨੀ ਹੈ, ਤਾਂ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਆਪਣੇ NSS ਦੇ ਵਿੰਗ ਦੇ ਥਰੂ ਇਸ ਰੈਲੀ ਨੂੰ ਅਸੀਂ ਅੰਜਾਮ ਦਈਏ। ਅੱਜ ਸਾਰੇ ਬੱਚੇ ਇਕੱਠੇ ਹੋ ਕੇ ਨਸ਼ੇ ਦੇ ਖਿਲਾਫ਼ ਖੜ੍ਹੇ ਹੋ ਰਹੇ ਨੇ ਔਰ ਸਾਨੂੰ ਲੱਗਦਾ ਸੀਗਾ ਕਿ ਵੀ ਜੇ ਨੌਜਵਾਨਾਂ ਵਿੱਚੋਂ ਨਸ਼ਾ ਖਤਮ ਕਰਨਾ ਹੈ ਤਾਂ ਨੌਜਵਾਨਾਂ ਵਿੱਚੋਂ ਹੀ ਆਵਾਜ਼ ਉੱਠਣੀ ਚਾਹੀਦੀ ਹੈ। ਇਸ ਕਰਕੇ ਅਸੀਂ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਚਾਹਿਆ, ਇੱਕ ਲਾਮਬੰਦ ਕਰਨਾ ਚਾਹਿਆ। ਇਸ ਕਰਕੇ ਸਾਰੇ ਅੱਜ ਬੱਚੇ ਇੱਥੇ ਇਕੱਠੇ ਹੋਏ ਨੇ ਔਰ ਸਾਨੂੰ ਲੱਗਦਾ ਹੈ ਕਿ ਵੀ ਇਹਨਾਂ ਦੀ ਆਵਾਜ਼ ਉਸ ਘਰ ਘਰ ਤੱਕ ਪਹੁੰਚੇਗੀ ਜਿੱਥੇ ਨਸ਼ਾ ਚੱਲ ਰਿਹਾ, ਤਾਂ ਕਿ ਉੱਥੇ ਹਰ ਘਰ ਵਿੱਚ ਪੰਜਾਬ ਵਿੱਚ ਨਸ਼ਾ ਬੰਦ ਹੋ ਜਾਵੇ।